ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਸਾਰਿਆਂ ਦੀ। ਉਮੀਦ ਕਰਦੇ ਹਾਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ। ਆਖਿਰਕਾਰ ਉਹ ਦਿਨ ਆਏਗਾ ਜਿਹਦੀ ਸਾਨੂੰ ਬੜੇ ਚਿਰ ਤੋਂ ਬੜੀਆਂ ਘੜੀਆਂ ਤੋਂ ਉਡੀਕ ਸੀ ਕਿ ਇਬਾਦਤ ਦੀ ਪਾਰਟੀ ਕਰਨੀ ਆਪਾਂ, ਭਾਵੇਂ ਪਿੰਡ ਆਪਾਂ ਕਰ ਲਈ ਸੀ, ਲੋਹੜੀ ਦੇ ਵਕਤ ਪਰ ਫੰਕਸ਼ਨ ਆਪਾਂ ਕਰ ਲਿਆ ਸੀ ਪਾਰਟੀ ਇਬਾਦਤ ਦੀ, ਲੇਕਿਨ ਇੱਕ ਜੋ ਮੇਰੇ ਦਿਲ ਦੀ ਰੀਝ ਸੀ ਕਿ ਮੈਂ ਇਹ ਦੋ ਪਾਰਟੀਸ ਕਰਾਂਗਾ, ਹੈ ਨਾ। ਸੋ ਸਾਡਾ ਪਰਿਵਾਰ ਦੂਸਰੀ ਪਾਰਟੀ ਕਰਦਾ ਹੋਇਆ ਇਬਾਦਤ ਦੀ, ਜਿਹਦੇ ਵਿੱਚ ਸਾਰੇ ਸੱਜਣ ਮਿੱਤਰ ਆਉਣਗੇ, ਸਾਡੇ ਰਿਸ਼ਤੇਦਾਰ ਆਉਣਗੇ, ਕਿਰਨ ਦੇ ਪਿੱਕੇ ਫੈਮਿਲੀ ਆਏਗੀ, ਸਾਰੇ ਰਸਤੇ 'ਚ ਤੁਰੇ ਹੋਏ ਨੇ, ਸਾਰੇ ਜਣੇ ਤਿਆਰ ਹੋ ਰਹੇ ਨੇ, ਮੈਂ ਸਭ ਤੋਂ ਪਹਿਲਾਂ ਤਿਆਰ ਹੋ ਗਿਆ। ਇੱਧਰ ਮੇਰੀ ਮਾਤਾ, ਆਹਾ ਮਾਤਾ, ਬੱਲੇ ਬੱਲੇ ਬੱਲੇ, ਕਿਆ ਬਾਤ ਹੈ ਤੁਹਾਡਾ, ਉਹ ਕਿੱਥੇ ਹੈ ਰਾਣੀ, ਕਿੱਥੇ ਦਿੱਤਾ ਤੁਹਾਡੇ ਕੋਲ, ਅਸੀਂ ਨਹੀਂ ਦਿੰਦੇ ਤੁਹਾਨੂੰ ਰਾਣੀ ਹਾਰ, ਮੰਮੀ ਪਾਣ ਗਿਆ ਰਾਣੀ ਹਾਰ, ਮੰਨ ਗਿਆ ਰਾਣੀ, ਕਿਉਂਕਿ ਰਾਣੀਆਂ ਨੂੰ ਜਸਵੇ ਰਾਣੀ ਹਾਰ ਤਾਂ ਨੱਚ ਕੇ ਦਿਖਾ ਹੁਣ, ਨਹੀਂ ਉੱਥੇ ਤਾਂ ਨੱਚ, ਉੱਥੇ ਨੱਚੋਗੇ ਪਰਮਪ੍ਰੀਤ ਕੌਰ, ਤਾਇਆ ਮਾਰਾ ਲੱਗੇਗਾ, ਜੈਂਟਲਮੈਨ ਪੂਰਾ ਹੈ, ਰੋਬ ਦੇਖੋ ਤਾਇਆ ਦਾ। ਲਓ ਜੀ, ਤੇ ਕਿਰਨ ਪਹੁੰਚ ਗਏ ਪਾਰਲਰ ਦੇ ਵਿੱਚ, ਕਿਉਂਕਿ ਕੁੜੀ ਦੀ ਮੰਮੀ ਕਹਿੰਦੀ ਮੈਂ ਪਾਰਲਰ ਜਾ ਕੇ ਤਿਆਰ ਹੋਣਾ, ਕਿਉਂਕਿ ਅੱਜ ਮੇਰੀ ਕੁੜੀ ਦੀ ਪਾਰਟੀ ਹੈ, ਮਤਲਬ ਸਾਡੀ ਇਬਾਦਤ ਕੌਰ ਦੀ, ਅਤੇ ਜਿਉਣਾ ਵੀ ਫਟਾਫਟ ਆਪਣੀ ਕੁੜੀ ਨੂੰ ਅਤੇ ਆਪਣੀ ਵਾਈਫ ਨੂੰ ਲੈ ਕੇ ਪਹੁੰਚ ਗਿਆ ਪਾਰਲਰ 'ਤੇ। ਆਹ ਮੇਰੇ ਛੋਟਾ ਜਿਹਾ ਬੁੱਗੂ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਸੁੱਤਾ ਹੋਇਆ, ਹੁਣ ਆਪਾਂ ਚੱਲਦੇ ਹਾਂ ਘਰ। ਇੱਧਰ ਜੀ ਦਾਦੂ ਹੋ ਗਏ ਰੈਡੀ, ਕਿਆ ਬਾਤ ਹੈ ਦਾਦੂ ਜੀ, ਬੱਲੇ ਬੱਲੇ, ਮੈਸੀ ਕਰ ਲਈ ਮੇਰੇ ਨਾਲ ਤੁਸੀਂ, ਫੁੱਫੜ ਜੀ ਦੇਖੋ, ਓ ਫੁੱਫੜ ਜੀ ਸੌਂਦੇ ਪਏ ਨੇ, ਫੁੱਫੜ ਜੀ ਅੱਜ ਜਲਦੀ ਉੱਠ ਕੇ ਲੱਗਦੇ ਨੇ, ਇਹ ਨਾਨਾ ਜੀ ਇੱਧਰ, ਨਾਨਾ ਜੀ ਦੀ ਮੈਚਿੰਗ ਹੋ ਗਈ ਪੂਰੀ, ਕਿਆ ਬਾਤਾਂ ਨੇ, ਇਹ ਵੰਸ਼ਪ੍ਰੀਤ ਸਿੰਘ ਬੱਲੇ, ਅਤੇ ਇੱਧਰ ਸਾਡੀ 5 ਕਿਲੋ ਵਾਲੀ ਭੈਣ ਬਲੈਕ, ਦ ਗਰਲ ਇਨ ਬਲੈਕ, ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਇੱਧਰ ਮੇਰੇ ਸਾਸੂ ਮਾਂ ਨਾਨੀ ਜੀ ਤਿਆਰ ਇਬਾਦਤ ਦੇ, ਇੱਧਰ ਅੰਦਰ ਮੀਂਡੀਆਂ ਮੂੰਡੀਆਂ ਹੋ ਰਹੀਆਂ ਨੇ। ਅੱਛਾ ਜੀ, ਕੁੜੀ ਦੀ ਮੰਮੀ ਰੈਡੀ ਸ਼ੈਡੀ ਹੋ ਕੇ ਆਏ ਨੇ, ਕੁੜੀ ਦੀ ਮੰਮੀ ਅੱਜ ਰੈਡੀ ਹੋ ਗਈ ਆ, ਹਾਂਜੀ ਸਾਰੇ ਜਣੇ ਚਲੇ ਗਏ ਨੇ ਰੈਸਟੋਰੈਂਟ 'ਚ, ਆਪਾਂ ਵੇਟ ਕਰ ਰਹੇ ਹਾਂ ਕਿਉਂਕਿ ਮੇਰੀ ਜਿਹੜੀ ਪਿਕਅਪ ਫੈਮਿਲੀ ਆ ਉਹ ਸਾਰੀ ਆ ਰਹੀ ਆ, ਅਤੇ ਮਤਲਬ ਕਈਆਂ ਨੂੰ ਉਹਨਾਂ ਨੇ ਘਰ ਨਹੀਂ ਦੇਖਿਆ, ਇਸ ਕਰਕੇ ਆਪਾਂ ਥੋੜ੍ਹਾ ਘਰੇ ਰੁਕੇ ਹੋਏ ਹਾਂ, ਅਤੇ ਉਹਨਾਂ ਨੂੰ ਇੱਕ ਵਾਰੀ ਇੱਥੇ ਆਪਾਂ ਪਿਕ ਕਰ ਲਈ, ਫਿਰ ਆਪਾਂ ਇਕੱਠੇ ਚੱਲਾਂਗੇ, ਹੈ ਨਾ, ਇਬਾਦਤ ਸਾਡੀ ਸੌਂਗ ਹੀ ਆ। ਮੇਰੀ ਪਰੀ ਆ ਦੇਖੋ, ਰੈੱਡ ਪਰੀ ਬਣੀ ਪਈ ਹੈ ਮੇਰੀ ਸੋਹਣੀ, ਇਹ ਮੇਰਾ ਗੁਗਲੂ ਜਿਹਾ, ਰੈੱਡ ਪਰੀ ਲਾਲ ਪਰੀ, ਜਿਉਣਾ ਜਚ ਰਿਹਾ, ਜਿਉਣਾ ਤਾਂ ਕੈਰ ਮਚਾ ਰਿਹਾ, ਹਾਏ ਹਾਏ, ਪਿੰਕ ਪਿੰਕ ਸਾਡੀ ਥੋੜੀ ਮੈਚਿੰਗ ਹੋ ਗਈ ਨਾ, ਤੁਹਾਡੀ ਮੈਚਿੰਗ ਹੋ ਗਈ, ਮੈਂ ਜਾਣ ਕੇ ਮੈਚਿੰਗ ਕਰਾਈਏ ਤੁਹਾਡੇ ਨਾਲ, ਇੱਦਾਂ ਚਲੋ ਆਉਂਦੇ ਨੇ, ਫਿਰ ਪਹਿਲਾਂ ਉਹਨਾਂ ਦੀ ਵੇਟ ਕਰੀ, ਫਿਰ ਆਪਾਂ ਨਿਕਲਦੇ ਹਾਂ ਫਟਾਫਟ, ਹਾਂਜੀ ਫਿਰ ਪਹੁੰਚ ਗਈ ਪਿਕਾ ਫੈਮਿਲੀ, ਉਹਨਾਂ ਦੀ ਵੇਟ 'ਚ ਸੀ ਆਪਾਂ, ਫਿਰ ਚਲੀਏ ਫਟਾਫਟ, ਹੈ ਨਾ। ਸਰਦਾਰ ਸਾਹਿਬ, ਓਏ ਸਰਦਾਰ ਸਾਹਿਬ ਨੇ ਪੱਗ ਬਦਲ ਲਈ, ਪਹਿਲਾਂ ਬਰਾਊਨ ਬੰਨੀ ਸੀ, ਸੈੱਟ ਨਹੀਂ ਬੰਨਿਆ, ਇੱਧਰ ਦੇਖੋ ਮੈਚਿੰਗਾਂ ਹੋ ਰਹੀਆਂ ਨੇ, ਇੱਦਾਂ ਥੋੜ੍ਹੀ ਪਰਪਲ ਸ਼ਰਪਲ ਹੋਇਆ ਮੈਂ ਕੰਮ, ਹਾਂ ਜਚਣਾ ਹੀ ਹੈ, ਉਹੀ ਹੈ ਨਾ, ਹੈਂ ਹੋਰ ਜਵਾਈ ਨੇ ਵੀ ਲੈ ਕੇ ਦਿੱਤਾ ਤੇ ਜਚਣਾ ਨਹੀਂ ਹੈ, ਅਸੀਂ ਦੋਵੇਂ ਕੁੜਮੇ ਇੱਕੋ ਜਿਹੇ, ਸਹੀ ਗੱਲ ਹੈ, ਨਾਨੀ ਦਾਦੀ ਇੱਕੋ ਜਿਹੇ ਕੱਪੜੇ, ਭੈਣ ਜੀ ਦਾ ਵੀ ਬੜਾ ਸੋਹਣਾ ਸੀ, ਹੂੰ ਕਿਆ ਬਾਤਾਂ ਜੀ, ਕਿਆ ਬਾਤਾਂ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਆ ਜਾਓ ਆ ਜਾਓ ਆ ਜਾਓ ਆ ਜਾਓ,
ਸਿਮਰ ਤੋਂ ਨੀ ਕਿੱਥੇ ਰਹਿ ਗਏ ਹੋਰ ਬੈਠੋ 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 ਆ ਜਾ ਮਾਮਿਆ ਤੂੰ ਸਭ ਤੋਂ ਜ਼ਿਆਦਾ ਲੇਟ ਹੋਇਆ ਕੀ ਹਾਲ ਆ ਕੀ ਬਾਤ ਆ ਜੀ ਕੀ ਹਾਲ ਚਾਲ ਭਾਜੀ ਠੀਕ ਠਾਕ ਹੋ ਚਲੋ ਵਾਰਕਾ ਵਾਰਕਾ ਹੋਰ ਮੇਰੇ ਜੀ ਠੀਕ ਠਾਕ ਠੀਕ ਠਾਕ ਅਸੀਂ ਆਵਾਂ ਜੀ ਉਸਤਾਦ ਜੀ ਠੀਕ ਠਾਕ ਹੋ ਵਧੀਆ 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 ਠੀਕ ਠਾਕ ਆਓ ਜੀ ਆਓ ਜੀ ਆਇਆਂ ਨੂੰ ਕੀ ਹਾਲ ਬੇਟਾ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਅਸੀਂ ਆਤਾ ਜੀ ਠੀਕ ਠਾਕ ਹੋ ਹੌਲੀ ਹੌਲੀ ਕਰਕੇ ਪਹੁੰਚ ਗਏ ਹੈ ਤਿਆਰ ਹੋ ਕੇ ਪਹੁੰਚ ਚੱਲੇ ਹਾਂ ਬਸ ਜਿੱਥੇ ਵੀ ਅਸੀਂ ਪਾਰਟੀ ਕਰ ਰਹੇ ਹਾਂ ਅਤੇ ਮੰਮੀ ਹੁਣੇ ਪਹੁੰਚ ਚੁੱਕੇ ਨੇ ਪਹਿਲਾਂ ਅਤੇ ਬਸ ਹੁਣ ਆਪਾਂ ਪਹੁੰਚਣ ਲੱਗੇ ਹਾਂ 5 ਮਿੰਟ ਦੇ ਅੰਦਰ ਅੰਦਰ ਜਦੋਂ ਹੀ ਮੈਂ ਹਾਲ ਦੇ ਅੰਦਰ ਐਂਟਰ ਕੀਤਾ ਮੇਰੀ ਨਜ਼ਰ ਪਈ ਇਬਾਦਤ ਵੈਲਕਮ ਪਾਰਟੀ ਦੇ ਉੱਪਰ ਬਹੁਤ ਸੋਹਣੀ ਡੈਕੋਰੇਸ਼ਨ ਕਿਉਂਕਿ ਮੈਂ ਤਾਂ ਦੇਖੀ ਨਹੀਂ ਸੀ ਕਿਉਂਕਿ ਮੈਂ ਸਵੇਰ ਦਾ ਬਿਜ਼ੀ ਹੋਇਆ ਹੋਇਆ ਸੀ ਤਿਆਰੀਆਂ ਦੇ ਵਿੱਚ ਲੇਕਿਨ ਡ੍ਰੀਮ ਮੇਕਰਸ ਨੇ ਰੀਅਲੀ ਬਹੁਤ ਜ਼ਿਆਦਾ ਵਧੀਆ ਡੈਕੋਰੇਸ਼ਨ ਕੀਤੀ ਅੰਦਰ ਵੜਦੇ ਹੀ ਆਏ ਹਾਏ 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 ਖੁਸ਼ਬੂਆਂ ਜਿਹੜੀਆਂ ਆਉਂਦੀਆਂ ਪਈਆਂ ਸੀ ਖਾਣੇ ਦੀਆਂ ਬਟ ਜਿਹੜਾ ਕਹਿੰਦਾ ਬੰਦਾ ਹੋਸਟ ਹੁੰਦਾ ਨਾ ਪਾਰਟੀ ਦਾ ਉਹਨੂੰ ਖਾਣ ਪੀਣ ਨੂੰ ਘੱਟ ਹੀ ਮਿਲਦਾ ਇੱਧਰ ਮਾਮਾ ਨਿਗਾਹ ਮਾਰਦਾ ਹੋਇਆ ਸਪਰਿੰਗ ਰੋਲਾਂ ਦੇ ਵੱਲ ਅਤੇ ਇੱਧਰ ਨਾਨਕਾ ਫੈਮਿਲੀ ਆਹ ਕੁੜੀ ਦਾ ਨਾਨਾ ਉਹ ਸਾਹਮਣੇ ਮਾਮਾ ਅਤੇ ਇੱਧਰ ਇੱਕ ਅਸੀਂ ਗਲੈਰੀ ਜੀ ਬੁਲਾ ਰੱਖੀ ਸੀ ਬੜੀ ਪਿਆਰੀ ਗਲੈਰੀ ਸੀ ਇਹ ਬਹੁਤ ਇੰਜੋਏ ਕੀਤਾ ਬੱਚਿਆਂ ਨੇ ਇਹਦੇ ਨਾਲ ਔਰ ਇੰਨੀ ਫਨੀ ਲੱਗ ਰਹੀ ਸੀ ਆਹ ਕੁਛ ਮੇਰੇ ਸੱਜਣ ਮਿੱਤਰ ਹੋਰ ਆ ਗਏ ਅਤੇ ਜਿਹੜੀ ਆ ਗਲੈਰੀ ਦੇ ਨਾਲ ਬੱਚਿਆਂ ਨੇ ਡਾਂਸ ਕੀਤਾ ਨਾ ਉਹ ਮੈਨੂੰ ਬੜਾ ਵਧੀਆ ਲੱਗਿਆ ਮਤਲਬ ਸਾਰਿਆਂ ਨੂੰ ਸਾਡੇ ਛੋਟੇ ਛੋਟੇ ਜਵਾਕ ਵੰਸ਼ ਅਗਮ ਹੁਣੇ ਵੀ ਸਾਰੇ ਸੱਜਣ ਮਿੱਤਰ ਆਉਣੇ ਸ਼ੁਰੂ ਹੋ ਚੁੱਕੇ ਸੀ ਜਿਵੇਂ ਕਿ ਨਾਨਕਾ ਮੇਲ ਦਾਦਕਾ ਮੇਲ ਅਤੇ ਉਸ ਤੋਂ ਇਲਾਵਾ ਜਿਹੜੇ ਕਿ ਮੇਰੇ ਮਾਮੇ ਹੋਏ ਮੇਰੇ ਮਾਮਿਆਂ ਦੇ ਮੁੰਡੇ ਵੀ ਬੈਠ ਗਏ ਜੀ ਸਾਰੇ ਆਪਣੀਆਂ ਆਪਣੀਆਂ ਪਲੇਟਾਂ ਲੈ ਕੇ ਅਤੇ ਬੜਾ ਇੰਜੋਏ ਕਰ ਰਹੇ ਸੀ ਆਹ ਜਿਹੜੇ ਗੁਲਦਸਤੇ ਵੀ ਨਾਲ ਬਲੂਨ ਦੇ ਬਣਾਏ ਹੋਏ ਨੇ ਮੇਰੇ ਇਹ ਵੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਮਾਮੀਆਂ ਹੁਣੇ ਮਿਲਦੀਆਂ ਹੋਈਆਂ ਇਬਾਦਤ ਨੂੰ ਅਤੇ ਡਾਂਸ ਫਲੋਰ ਦੇ ਉੱਪਰ ਬੱਚੇ ਫਿਰ ਤੋਂ ਸ਼ਰਾਰਤਾਂ ਕਰਦੇ ਹੋਏ ਕਿ ਅਸੀਂ ਗਲੈਰੀ ਦੇ ਨਾਲ ਫੋਟੋਆਂ ਖਿਚਾਉਣੀਆਂ ਨੇ ਉਹ ਵਿਚਾਰੀ ਗਲੈਰੀ ਨੱਚ ਨੱਚ ਕਮਲੀ ਹੋਈ ਹੈ ਇੱਧਰ ਸਾਡੇ ਆਹ ਬਾਈ ਜੀ ਕਹਿੰਦੇ ਪੱਟ ਦੇਣੇ ਨੇ ਫਲੋਰ ਆਪਾਂ ਕਿਰਨ ਕਹਿੰਦੀ ਹਾਂ 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 ਇਹ ਮੇਰੇ ਭਰਾ ਹੋਣੇ ਨੇ ਇਹ ਅੱਜ ਫਲੋਰ ਪੱਟਣਗੇ ਇਹ ਮਾਮਾ ਜੀ ਹੁਣੇ ਬੈਠੇ ਨੇ ਦੀਦੀ ਹੁਣੇ ਅਤੇ ਮਾਸੀ ਹੁਣਾਂ ਦਾ ਪੂਰਾ ਪਰਿਵਾਰ ਅਤੇ ਸਾਹਮਣੇ ਇਹਨਾਂ ਦੇ ਮਾਮਾ ਜੀ ਦਾ ਬੇਟਾ ਵੀ ਗਿੰਦੂ ਬਾਈ ਇਹ ਹਲੇ ਕਹਿੰਦੇ ਪਲੇਟਾਂ ਚੁਕਾ ਦਿਉ ਕਿਉਂਕਿ ਅਸੀਂ ਹੁਣ ਤਿਆਰੀ ਕਰ ਰਹੇ ਹਾਂ ਭੰਗੜੇ ਪਾਉਣ ਦੀ ਅਤੇ ਜਦੋਂ ਅਸੀਂ ਮਾਮੀ ਵੱਲ ਆਏ ਆਏ ਹਾਏ ਹਾਏ ਮੇਰੀ ਸਭ ਤੋਂ ਵੱਡੀ ਮਾਮੀ ਇੱਧਰ ਮੇਰੇ ਮਾਮਾ ਜੀ ਜੋ ਕਿ ਪ੍ਰੋਫੈਸਰ ਸਾਹਿਬ ਨੇ ਇੱਧਰ ਮੇਰਾ ਭਰਾ ਡਾਕਟਰ ਅਤੇ ਇੱਧਰ ਮੇਰਾ ਕਰਤਾਰ ਭਰਾ ਬਹੁਤ ਵਧੀਆ ਮਾਤਾ ਕਹਿੰਦੀ ਆਹ ਵੱਡੀ ਮਾਮੀ ਦੀ ਸਪੈਸ਼ਲ ਵੀਡੀਓ ਬਣਾਓ ਕਿਉਂਕਿ ਸਾਡੀ ਵੱਡੀ ਮਾਮੀ ਬਹੁਤ ਵੱਡੀ ਮਾਮੀ ਹੈ ਸਾਰਿਆਂ ਤੋਂ ਵੱਡੀ ਮਾਮੀ ਸਾਡੀ ਇਹ ਮਾਮੀ ਖੜੀ ਖੜੀ ਪੱਕੇ ਨੂੰ ਹੱਥ ਲਾ ਦਿੰਦੀ ਹੈ ਬਹੁਤ ਇੰਜੋਏ ਕਰ ਰਹੀ ਸੀ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਤੁਸੀਂ ਇੱਥੇ ਪਹੁੰਚੇ ਆਪਾਂ ਰੌਣਕਾਂ ਵਧਾਈਆਂ ਹੁਣ ਆਪਾਂ ਜਦੋਂ ਅੱਗੇ ਗਏ ਤਾਂ ਇਹ ਹਾਏ 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 ਹੌਲੀ ਹੌਲੀ ਕਹਿੰਦੇ ਗਿੱਧੇ ਵਿੱਚ ਨੱਚ ਪਤਲੋ ਇਹ ਦੋਨੋਂ ਮੇਰੀਆਂ ਪਤਲੀਆਂ ਪਤਲੀਆਂ ਭੈਣਾਂ
ਬਹੁਤ ਸੋਹਣਾ ਸਟਾਰਟ ਕੀਤਾ ਨੇ ਗਿੱਧੇ ਦਾ ਔਰ ਬਹੁਤ ਵਧੀਆ ਲੱਗਿਆ। ਵਾਇਸ ਓਵਰ ਮੈਂ ਤਾਂ ਕੀਤੀ ਹੈ ਕਿਉਂਕਿ ਡੀਜੇ ਦੀ ਸਾਊਂਡ ਜਿਹੜੀ ਸੀ ਉਹ ਚੱਲਦੀ ਸੀ, ਗਾਣਿਆਂ ਕਰਕੇ ਕਾਪੀਰਾਈਟ ਆ ਜਾਂਦਾ, ਬਟ ਆਪਾਂ ਆਪਣੇ ਗਾਣੇ ਚਲਾਵਾਂਗੇ। ਅਤੇ ਉਸ ਤੋਂ ਬਾਅਦ ਵਾਰੀ ਆਈ ਮੇਰੀ ਬਿਊਟੀਫੁੱਲ ਵਾਈਫ ਦੀ। ਆਏ ਹਾਏ ਕਿਆ ਬਾਤਾਂ ਜੀ, ਬਹੁਤ ਸੋਹਣਾ ਨੱਚਦੇ ਹੋਏ ਉੱਧਰ ਮੇਰੇ ਭਾਬੀ, ਮੇਰੇ ਮਾਮੀ, ਮੇਰੀਆਂ ਛੋਟੀਆਂ ਛੋਟੀਆਂ ਧੀਆਂ ਪਰਮਪ੍ਰੀਤ ਕੌਰ ਦੇ ਨਾਲ, ਮਹਿਕਪ੍ਰੀਤ ਅਤੇ ਅਨੂ ਵੀ। ਇੱਧਰੋਂ ਮੇਰੀ ਮਾਮੀ ਚਿੱਟੇ ਸੂਟ 'ਤੇ ਕਹਿੰਦੇ ਦਾਗ ਪੈ ਗਏ ਵਾਲਾ ਗਾਣਾ ਲਵਾ ਦੇ ਡੀਜੇ ਵਾਲਿਆ, ਅਤੇ ਮੈਂ ਪਾਉਣਾ ਗਿੱਧਾ, ਅਤੇ ਇਹਨਾਂ ਨੇ ਗਿੱਧੇ ਜਿਹੜੇ ਪਾਇਆ ਹੋਇਆ ਹੈ। ਕਿਆ ਬਾਤਾਂ ਜੀ, ਕਿਆ ਬਾਤਾਂ, ਬਹੁਤ ਸੋਹਣਾ। ਮੈਨੂੰ ਲੱਗਦਾ ਮੈਨੂੰ ਕਮੈਂਟਰੀ ਕਰਨ ਲੱਗ ਜਾਣਾ ਚਾਹੀਦਾ ਪੱਕੀ ਹੋਈ। ਔਰ ਵੇਖੋ ਜੀ ਜਦੋਂ ਰੌਣਕਾਂ ਲੱਗਦੀਆਂ ਨੇ ਘਰ ਦੇ ਵਿੱਚ, ਬੱਲੇ ਬੱਲੇ ਹੋ ਜਾਂਦੀ ਹੈ, ਹੌਲੇ ਹੌਲੇ ਸਾਰੀਆਂ ਮੇਰੀਆਂ ਭੈਣਾਂ ਮੇਰੀਆਂ ਭਾਬੀਆਂ ਇਕੱਠੀਆਂ ਹੋ ਗਈਆਂ, ਔਰ ਇੱਧਰ ਮਾਮੀਆਂ ਵੀ ਇਕੱਠੀਆਂ ਹੋ ਗਈਆਂ। ਨਾਨਕਾ ਪਰਿਵਾਰ ਹਾਲੇ ਵੀ ਥੋੜ੍ਹਾ ਜਿਹਾ ਦੂਰ ਦੂਰ ਸੀ, ਅਤੇ ਹੌਲੇ ਹੌਲੇ ਐਂਟਰੀ ਹੋਈ ਸਾਡੀ ਚਾਚੀ ਦੀ। ਜਦੋਂ ਚਾਚੀ ਨੇ ਬਾਂਹ ਚੱਕ ਕੇ ਬੋਲੀਆਂ ਪਾਣੀਆਂ ਸ਼ੁਰੂ ਕੀਤੀਆਂ, ਇੱਧਰ ਸਾਡੇ ਦੀਦੀ ਨੇ ਮੂੰਹ 'ਤੇ ਚੁੰਨੀ ਲੈ ਕੇ ਕੁੱਕਾਂ ਮਰੀਆਂ, ਬੱਲੇ 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 ਜਿਉਣਿਆਂ ਰੌਣਕਾਂ ਲਾ ਛੱਡੀਆਂ। ਸਪੇਨ ਵਾਲੇ ਦੀ ਖਾਸੀ ਘਾਟ ਮਹਿਸੂਸ ਹੋਈ ਲੱਕੀ ਅੰਮ੍ਰਿਤ ਤੇ ਨਾਲ ਹਿੰਮਤ ਦੀ। ਇਹ ਤੇ ਹੁੰਦੇ ਤਾਂ ਹੋਰ ਚਾਰ ਚੰਨ ਲੱਗ ਜਾਣੇ ਸੀ ਪਾਰਟੀ ਨੂੰ। ਇਹ ਸਨ ਸਾਡੇ ਭਾਬੀ ਜੀ, ਮੇਰੇ ਦੋਸਤ, ਬਹੁਤ ਹੀ ਪਿਆਰਾ ਦੋਸਤ ਕੁਲਦੀਪ, ਉਹਨਾਂ ਦੀ ਮਿਸਿਸ, ਔਰ ਬਹੁਤ ਇੰਜੋਏ ਕੀਤਾ। ਭੂਆਵਾਂ ਖਾਲੇ ਵੇਟ ਕਰਨ ਦੀਆਂ ਸੀ ਮੇਰੀਆਂ ਬੈਠੀਆਂ, ਤੇ ਇੱਧਰ ਮੇਰੇ ਭਰਾ ਖੜੇ ਹੋਏ ਸੀ। ਜਦੋਂ ਫਲੋਰ ਖਾਲੀ ਹੋਏਗਾ, ਫਲੋਰ ਤਾਂ ਜੀਜੇ ਨੇ ਮਲਿਆ ਹੋਇਆ ਸੀ ਪਹਿਲਾਂ ਤੱਕ, ਆਹ ਹੋ ਗਏ ਇਕੱਠੇ ਨਾਨਕਿਆਂ ਦੇ ਮੁੰਡੇ, ਮੇਰੇ ਨਾਨਕਾ ਮੇਲ। ਉੱਧਰ ਫਿਰ ਕਹਿੰਦੀ ਮਾਮੀਆਂ ਕਹਿੰਦੀਆਂ ਅਸੀਂ ਪਿੱਛੇ ਨਹੀਂ ਰਹਿਣਾ, ਅਸੀਂ ਤਾਂ ਬੋਲੀਆਂ ਪਾਉਂਦੀਆਂ ਆਵਾਂਗੀਆਂ। ਕਿਆ ਬਾਤ ਹੈ ਜੀ, ਮਾਮੇ ਵੀ ਇਕੱਠੇ ਹੋ ਗਏ, ਮੇਰੀ ਭੂਆ ਦੇ ਮੁੰਡੇ ਵੀ ਇਕੱਠੇ ਹੋ ਗਏ। ਇਬਾਦਤ ਮੈਂ ਆਪਣੀ ਧੀ ਨੂੰ ਲੱਭਣ ਡਿਆ, ਮੇਰੀ ਕੁੜੀ ਕਿੱਥੇ ਹੈ, ਮੈਨੂੰ ਕੁੜੀ ਦਾ ਦਿਖਾ ਦਿਓ। ਮੈਂ ਇੱਧਰ ਬਣਿਆ ਪੂਰਾ ਮੂਵੀ ਵਾਲਾ ਬਣ ਕੇ ਇਹਨਾਂ ਦੀ ਸਾਰਿਆਂ ਦੀ ਵੀਡੀਓ ਬਣਾ ਰਿਹਾ, ਔਰ ਰੌਣਕਾਂ ਕੈਪਚਰ ਕਰ ਰਹੇ। ਐਸੀਆਂ ਮੈਮਰੀਆਂ ਨੇ ਜਿਹੜੀਆਂ ਸਾਰੀ ਜ਼ਿੰਦਗੀ ਸਾਡੇ ਕੋਲ ਰਹਿਣਗੀਆਂ। ਓਹੋ ਹੋ ਹੋ, ਇੱਧਰ ਮੇਰੀ ਮਾਤਾ ਆਪਣੀ ਪੋਤੀ ਦੀ ਖੁਸ਼ੀ ਦੇ ਵਿੱਚ ਝੂਮਰ ਪਾਉਂਦੇ ਹੋਏ, ਬੱਲੇ ਬੱਲੇ ਬੱਲੇ। ਮੈਂ ਦਿਲ ਤੋਂ ਧੰਨਵਾਦ ਕਰਦਾ ਜੀ ਸਾਰੇ ਸੱਜਣਾਂ ਮਿੱਤਰਾਂ ਦਾ, ਰਿਸ਼ਤੇਦਾਰਾਂ ਦਾ, ਮਾਮਿਆਂ ਦਾ, ਭੂਆਵਾਂ ਦਾ, ਜੇ ਹੋਰ ਮੇਰੇ ਦੋਸਤਾਂ ਦਾ, ਪਰਿਵਾਰਾਂ ਦਾ, ਨਾਨਕੇ ਮੇਲ ਦਾ ਵੀ, ਕਿ ਤੁਸੀਂ ਆ ਕੇ ਇਬਾਦਤ ਨੂੰ ਇੰਨੀਆਂ ਜ਼ਿਆਦੀਆਂ ਬਲੈਸਿੰਗਸ ਦਿੱਤੀਆਂ। ਤੁਹਾਡਾ ਦਿਲ ਤੋਂ ਧੰਨਵਾਦ। ਮੰਮੀ ਮੇਰੇ ਫਿਰ ਨੱਚ ਨੱਚ ਕੇ ਥੱਕ ਗਏ। ਮੇਰੇ ਮੰਮੀ ਕਹਿੰਦੇ ਹੁਣ ਮੇਰੇ ਤੋਂ ਇਕੱਲਿਆਂ ਨਹੀਂ ਨੱਚਿਆ ਜਾਂਦਾ ਬੇਟੇ, ਲਿਆ ਆਪਣੇ ਡੈਡੀ ਨੂੰ। ਫਿਰ ਆਏ ਜੀ ਮੇਰੇ ਪਾਪਾ ਅਤੇ ਮੰਮੀ, ਆਏ ਹਾਏ ਕਿਆ ਬਾਤ ਹੈ ਜੀ। ਜਦੋਂ ਰੌਣਕ ਲੱਗੀ ਫਲੋਰ ਦੇ ਉੱਪਰ, ਡੈਡੀ ਨੇ ਕੋਈ ਆਪਣਾ ਹੀ ਨਵਾਂ ਸਟੈਪ ਜਿਹਾ ਕੀਤਾ, ਬਹੁਤ ਸੋਹਣਾ ਲੱਗ ਰਿਹਾ ਸੀ। ਪਾਪਾ ਐਕਚੁਲੀ ਨੱਚਦੇ ਸੀ ਘੱਟ ਨੇ, ਪਾਪਾ ਨੱਚਣਾ ਨਹੀਂ ਆਉਂਦਾ, ਔਰ ਜਦੋਂ ਦੋਨੋਂ ਜਣੇ ਨੱਚੇ ਬਹੁਤ ਜ਼ਿਆਦਾ 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 ਸੋਹਣੇ ਲੱਗੇ। ਜਿਹੜਾ ਗਾਣਾ ਡੀਜੇ 'ਤੇ ਚੱਲ ਰਿਹਾ ਸੀ ਉਹ ਤਾਂ ਅਸੀਂ ਵਾਲਾ ਫੜ ਲਿਆ ਗੱਡੀ ਦੀ ਚਾਬੀ, ਨਹੀਂ ਜੱਟ ਹੋ ਗਿਆ ਸ਼ਰਾਬੀ, ਬੱਲੇ ਬੱਲੇ। ਡੈਡੀ ਕਹਿੰਦੇ ਬਸ ਕਰੋ, ਮੈਨੂੰ ਮਾਫ਼ ਕਰੋ। ਫਿਰ ਫਲੋਰ ਸਾਂਭਿਆ ਜੀ ਫਿਲਮ ਇੰਡਸਟਰੀ ਦੇ ਬਾਦਸ਼ਾਹ ਪ੍ਰਵੀਨ ਭਾਅ ਜੀ ਹੋਣਾ ਨੇ, ਅਤੇ ਨਾਲ ਸਾਡੇ ਭਾਬੀ ਜੀ, ਉਹਨਾਂ ਦੇ ਮਿਸਿਜ਼ ਨੇ, ਨਾਲ ਮੇਰਾ ਪਰਿਵਾਰ। ਬਹੁਤ ਇੰਜੋਏ ਕੀਤਾ ਪ੍ਰਵੀਨ ਭਾਅ ਜੀ ਹੋਣਾ ਨੇ ਵੀ, ਅਤੇ ਨਾਲ ਅਸੀਂ ਵੀ। ਸਾਨੂੰ ਬਹੁਤ ਵਧੀਆ ਲੱਗਿਆ ਇਹ ਆਏ, ਅਤੇ ਰੌਣਕਾਂ ਵਧਾਈਆਂ ਪਾਰਟੀ ਦੀਆਂ। ਇੱਥੇ ਮੇਰੇ ਮਾਮੀ ਥੱਕ ਕੇ ਨੱਚ ਨੱਚ ਕੇ ਕਹਿੰਦੇ ਬਹੁਤ ਨੱਚਿਆ ਵੇ, ਬਸ ਕਰ ਜਿਉਣਿਆ, ਹੋਰ ਨਾ ਸਾਨੂੰ ਨੱਚਾ। ਕਹਿੰਦੇ ਹੁਣ ਨਹੀਂ ਅਸੀਂ ਜਾਣਾ। ਮੈਂ ਕਿ ਇੱਦਾਂ ਨਹੀਂ, ਤੁਹਾਨੂੰ ਛੱਡਣਾ ਹਾਲੇ, ਹਾਲੇ ਤਾਂ ਬਹੁਤ ਨੱਚਣਾ, ਪਹਿਲਾਂ ਆਪਾਂ ਇਬਾਦਤ ਦਾ ਕੇਕ ਕੱਟ ਲਈਏ। ਆਹ ਵਾਲਾ ਸਾਡੇ ਨਾਲ ਕੇਕ ਕੱਟਿਆ, ਇਬਾਦਤ ਥੋੜ੍ਹਾ ਜਿਹਾ ਰੋ ਰਹੀ ਸੀ, ਲੇਕਿਨ ਸੀਰੀਅਸਲੀ ਇਹ ਮੇਰਾ ਸਭ ਤੋਂ ਖੁਸ਼ੀ ਵਾਲਾ ਪਲ ਸੀ, ਮੇਰੀ ਜਾਨ, ਮੇਰੀ ਇਬਾਦਤ, ਜਦੋਂ ਸਾਡੇ
ਕਰਮਾਂ ਦੇ ਵਿੱਚ ਆਈ। ਸਾਡੇ ਲੇਖਾਂ ਦੇ ਵਿੱਚ ਪਰਮਾਤਮਾ ਨੇ ਲਿਖਿਆ ਪਤਾ ਨਹੀਂ ਕਿੰਨੇ ਕੁ ਚੰਗੇ ਕਰਮ ਕੀਤੇ ਹੋਣਗੇ ਅਸੀਂ ਜੋ ਇਬਾਦਤ ਸਾਨੂੰ ਮਿਲੀ। ਅਤੇ ਆ ਛੋਟੀ ਜਿਹੀ ਗਲੈਰੀ ਵੀ ਬਹੁਤ ਇੰਜੋਏ ਕਰ ਰਹੀ ਸੀ ਔਰ ਬਹੁਤ ਇੰਜੋਏ ਕੀਤਾ ਸੀ ਸਾਰਿਆਂ ਨੇ ਰਲ। ਨਾਨਕੇ ਨਾ ਵੈਸੇ ਥੋੜ੍ਹੇ ਥੋੜ੍ਹੇ ਹਲੇ ਨੰਬਰ ਘੱਟ ਨੇ, ਫੇਲ ਹੁੰਦੇ ਜਾ ਰਹੇ ਨੇ, ਨੱਚੇ ਹੀ ਨਹੀਂ ਨਾਨਕੇ। ਨਹੀਂ ਗਏ ਤਾਂ ਨਹੀਂ ਗੇ, ਨੱਚਣਾ ਤਾਂ ਪੈਣਾ। ਹਾਂ ਹੁਣ ਪਤਾ ਲੱਗੇਗਾ ਫਲੋਰ ਟੁੱਟਦਾ ਕਿ ਨਹੀਂ ਟੁੱਟਦਾ। ਬਾਬਾ ਠੀਕ, ਫਲੋਰ ਟੁੱਟਣਾ ਚਾਹੀਦਾ। ਮਾਸੀ ਮਾਸੀ ਨਹੀਂ ਨੱਚੇ ਹਾਲੇ ਤੱਕ, ਦੇਖ ਲਓ ਨਹੀਂ ਨੱਚਣਾ, ਥੋੜ੍ਹਾ ਬਹੁਤਾ ਖੜ ਕੇ। ਹਾਂ ਇਹ ਗੱਲ ਬਣੀ ਹੈ। ਤੁਹਾਡੀ ਪਲੇਟ ਕਿੱਥੇ ਹੈ? ਇੰਨੀ ਛੇਤੀ ਸਵੀਟ ਡਿਸ਼ ਕੁਛ ਮਿੱਠਾ ਮੁੱਠਾ ਛਕੋ। ਹਾਂਜੀ ਮੇਰੀ ਅੱਗੇ ਬੜੀ ਮਸ਼ਹੂਰੀ ਹੈ। ਅੱਛਾ ਜੀ, ਮੇਰੇ ਤੋਂ ਇਕੱਲੇ ਇਕੱਲੇ ਰੋਟੀ ਖਾਈ ਜਾਂਦੇ ਹੋ? ਇਹ ਮੇਰੇ ਭਾਈ ਸਾਹਿਬ ਨੇ, ਇਹਨਾਂ ਨੂੰ ਮੈਂ ਬਲੌਕ ਮਾਰਨ ਲੱਗਾ ਸੀ ਪਰ ਮੈਂ ਬਚ ਗਿਆ। ਐਨ ਟਾਈਮ ਤੇ ਆ ਕੇ ਨੇ ਮੇਰਾ ਉਂਗਲੀ ਰੋਕ ਲਈ ਵੀ ਬਲੌਕ ਨਾ ਕਰ। ਸਹੀ ਹੈ, ਸਾਰੇ ਲੱਗੇ ਆਪਣੇ ਆਪਣੇ ਟੇਬਲਾਂ ਤੇ ਰੋਟੀਆਂ ਰੋਟੀਆਂ ਖਾ ਕੇ ਗੱਲਾਂ ਬਾਤਾਂ ਚੱਲ ਰਹੀਆਂ ਨੇ, ਮਹਿਫਲਾਂ ਲੱਗੀਆਂ ਨੇ। ਹੁਣ ਆਪਾਂ ਪਾਵਾਂਗੇ ਭੰਗੜੇ, ਠੀਕ ਹੈ ਨਾ? ਹਾਂ ਕੱਚਾ ਬਦਾਮ ਪੇ। ਰੋਟੀ ਸਾਰਿਆਂ ਨੇ ਖਾ ਲਈ, ਹੁਣ ਕਹਿੰਦੇ ਪਚਾਣੀ ਵੀ ਹੈ। ਤੇ ਰੇਲ ਗੱਡੀ ਚਲਾਈ ਨਾਨਕਿਆਂ ਨੇ, ਇੰਜਣ ਬਣਿਆ ਸੀ ਸਾਡਾ ਸੁਪਨ ਵੀਰਾ। ਪਤਾ ਨਹੀਂ ਕਿਸ ਟਾਈਮ ਇੰਜਣ ਦੀ ਸਪੀਡ ਥੋੜ੍ਹੀ ਜਿਹੀ ਸਲੋ ਹੋ ਗਈ ਤਾਂ ਇੰਜਣ ਦਾ ਜਿਹੜਾ ਸੀ ਵਾਕਡੋਰ ਸੰਭਾਲ ਲਈ ਸਾਡੀ ਰਿੰਪੀ ਦੀਦੀ ਨੇ, ਕਿਉਂਕਿ ਸੁਪਨ ਭਾਜੀ ਦੇ ਗੋਦੀ ਦੇ ਵਿੱਚ ਸੀ ਇਬਾਦਤ। ਇਹ ਰੇਲ ਗੱਡੀ ਦੇ ਡੱਬੇ ਪਿੱਛੇ ਰਹਿ ਗਏ, ਇੰਜਣ ਅੱਗੇ ਲੰਘ ਗਿਆ, ਇਹਨਾਂ ਨੂੰ ਫਿਰ ਸਮਝ ਆਏਗੀ ਭੱਜ ਕੇ ਜਾਣਾ ਚਾਹੀਦਾ। ਬਹੁਤ ਫਨ ਕੀਤਾ। ਔਰ ਰੇਲ ਗੱਡੀ ਜਦੋਂ ਇਹਨਾਂ ਦੀ ਬਣੀ ਸਾਰਿਆਂ ਨੇ ਇੰਜੋਏ ਕੀਤਾ। ਨੇ ਦੀ ਨਾਨਕਿਆਂ ਦੀ ਜਿਹੜੀ ਨਾਨਕਾ ਐਕਸਪ੍ਰੈਸ ਚੱਲੀ ਉਹ ਵਧੀਆ ਲੱਗਿਆ। ਫਿਰ ਮੈਂ ਬੀੜਾ ਚੁੱਕਿਆ ਜੀ ਇਕੱਲੇ ਇਕੱਲੇ ਨੂੰ ਟੇਬਲ ਤੋਂ ਉਠਾਉਣ ਦਾ। ਭਾਬੀ ਹੱਸਣ ਲੱਗ ਗਈ, ਭਾਅ ਜੀ ਕਹਿੰਦੇ ਮੈਂ ਹਾਲੇ ਹੋਰ ਕੁਝ ਖਾਣਾ, ਮੈਂ ਨਹੀਂ ਆਉਂਦਾ। ਇੱਧਰ ਮੇਰੀਆਂ ਮਾਮੀਆਂ, ਇਹ ਪਹਿਲਾਂ ਹੀ ਉੱਠ ਗਈਆਂ, ਇਹਨਾਂ ਨੂੰ ਪਤਾ ਸੀ ਇਹਨੇ ਖਿੱਚ ਕੇ ਲੈ ਜਾਣਾ ਅਤੇ ਵੀਡੀਓ ਬਣਾਈ ਜਾਂਦਾ। ਇੱਧਰ ਮੇਰੇ ਮਾਮੇ ਅਤੇ ਮਾਮਿਆਂ ਦੇ ਮੁੰਡੇ, ਮੈਂ ਕਿਹਾ ਭਰਾਓ ਫਟਾਫਟ ਖੜ੍ਹੇ ਹੋਜੋ ਅਤੇ ਆਪਾਂ ਉੱਤੇ ਹੁਣ ਗਾਹ ਪਾਉਣਾ। ਮੇਰੀ ਭੂਆ ਜੀ ਦਾ ਪਹਿਲਾਂ ਵੇਖ ਰਹੀ ਸੀ, ਆਏ ਹਾਂ ਚਲੀਏ ਭੰਗੜੇ ਪਾਉਣ। ਮੈਂ ਕਿਹਾ ਚਲੋ ਪਹੁੰਚੋ। ਉੱਠੇ ਜੀ ਭੂਆ ਜੀ ਦੇ, ਭੂਆ ਜੀ ਦੇ ਮੁੰਡੇ ਨਾਲ ਡੈਡੀ ਅਤੇ ਫੁੱਫੜ ਜੀ ਹੁਣੇ, ਸਾਰਾ ਸਾਡਾ ਜਿਹੜਾ ਪਰਿਵਾਰ। ਅਤੇ ਇੱਧਰ ਡਰ ਗਿਆ ਮੇਰਾ ਯਾਰ। ਅਤੇ ਅਸੀਂ ਫਿਰ ਉੱਠ ਕੇ ਕਹਿੰਦੇ ਪਹੁੰਚੇ ਸਾਰੇ ਫਲੋਰ ਦੇ ਉੱਪਰ। ਬਸ ਫਿਰ ਤਾਂ ਸ਼ੁਰੂ ਹੋਣ ਵਾਲਾ ਸੀ ਜੀ ਪੂਰਾ ਖਲਾਰਾ। ਅਤੇ ਇੱਧਰ ਚਾਚੀ ਕਹਿੰਦੀ ਬਸ ਵੇ ਮੇਰੇ ਗੋਡੇ, ਕਹਿੰਦੇ ਨੇ ਨਾ 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 ਮੈਂ ਨਹੀਂ ਹੋਰ ਭੰਗੜਾ ਪਾਉਣਾ। ਅਤੇ ਚਾਚੀਆਂ ਇੱਥੇ ਵਿਚਾਰੀਆਂ ਥੱਕ ਗਈਆਂ। ਮੈਂ ਕਿਹਾ ਨਹੀਂ ਚਾਚੀਆਂ ਨੂੰ ਤਾਂ ਜਾਣਾ ਪਵੇਗਾ। ਚਾਚਾ ਜੀ ਕਹਿੰਦੇ ਨਾ ਭਾਈ ਨਾ, ਮੇਰੇ ਤੋਂ ਤੁਸੀਂ ਕੀਰਤਨ ਕਰਵਾ ਲਓ, ਅਰਦਾਸ ਕਰਾ ਲਓ, ਮੈਂ ਭੰਗੜਾ ਨਹੀਂ ਪਾ ਸਕਦਾ, ਮੇਰੇ ਤੋਂ ਭੰਗੜਾ ਨਾ ਪਵਾਓ। ਇੱਧਰ ਸਾਡੇ ਅੰਮੂ ਨੰਗਲ ਵਾਲੇ ਵੀ ਚੋਰੀ ਚੋਰੀ ਲੁੱਕ ਕੇ ਬੈਠੇ ਸੀ ਵੀ ਅਸੀਂ ਸ਼ਾਇਦ ਬਚ ਜਾਂਗੇ ਭੰਗੜਾ ਪਾਉਣ ਤੋਂ। ਆਂਟੀ ਕਹਿੰਦੇ ਤੁਸੀਂ ਜਾਓ, ਮੈਂ ਕਿਹਾ ਨਾ ਜੀ ਤੁਹਾਨੂੰ ਵੀ ਨਾਲ ਆਉਣਾ ਪੈਣਾ। ਲੱਖ ਦੇ ਵੀ ਸੂਟ ਜੱਟਾਂ ਪਾਉਣੀਆਂ, ਡਾਇਮੰਡ ਦੀ ਰਿੰਗ ਤਾਂ ਮੈਂ ਕੋਲ ਦੀ ਮੰਗਾਉਣੀਆਂ, ਡੈਡ ਵੀ ਪੋਲੀਟੀਕਲ ਲਿੰਕ ਬਾਲੀ ਰੱਖਦਾ, ਐਵੇਂ ਕਾਤੋਂ ਫਿਰਦਾ ਏ ਫੀਲਿੰਗਾਂ ਚ ਜਗਦਾ, ਤੂੰ ਗੱਲਾਂ ਸੁਣ ਹਲ ਜੇਗਾ ਹਲ ਜੇਗਾ।
ਨਾਨਕੇ ਮੇਲ ਨੂੰ ਭੇਜਦੇ ਹੋਏ ਜਾ ਰਿਹਾ। ਨਾਨਕਾ ਮੇਲ ਇਕੱਠਾ ਹੋ ਕੇ ਆਇਆ ਸੀ, ਨਾਨਕੇ ਆਏ ਨੇ ਜੀ ਤੇ ਨਾਨਕੇ ਜਾ ਰਹੇ ਨੇ। ਨਿੱਕੋ ਛੱਡਿਆ, ਚਲੋ ਜੀ। ਲਓ ਜੀ, ਕਿਰਨ ਦੇ ਪੇਕਾ ਫੈਮਿਲੀ ਚਲੀ ਗਈ। ਅਸੀਂ ਵੀ ਸਾਰੇ ਹਾਲ ਤੋਂ ਵਾਪਸ ਆ ਗਏ ਘਰੇ, ਬਹੁਤ ਇੰਜੋਏ ਕੀਤਾ ਬਹੁਤ ਜ਼ਿਆਦਾ, ਔਰ ਖਾਣਾ ਵੀ ਵਧੀਆ ਸੀ ਰੈਸਟੋਰੈਂਟ ਦਾ ਜਿੱਥੇ ਜਿੱਥੇ ਆਪਾਂ ਹਾਲ ਬੁੱਕ ਕੀਤਾ ਸੀ, ਅਤੇ ਡੈਕੋਰੇਸ਼ਨ ਵੀ ਬਹੁਤ ਵਧੀਆ ਸੀ। ਡੈਕੋਰੇਸ਼ਨ ਸੱਚ, ਹਾਂ ਮੈਂ ਉਹਨਾਂ ਤੋਂ ਹੀ ਦੁਬਾਰਾ ਕਰਵਾਈ, ਕਿਉਂਕਿ ਫਸਟ ਟਾਈਮ ਜਦੋਂ ਡ੍ਰੀਮ ਮੇਕਰਸ ਨੇ ਜਦੋਂ ਇਬਾਦਤ ਫਸਟ ਟਾਈਮ ਆਪਣੇ ਘਰ ਦੇ ਵਿੱਚ ਆਈ ਸੀ, ਗ੍ਰਹਿ ਪ੍ਰਵੇਸ਼ ਹੋਇਆ ਸੀ ਇਬਾਦਤ ਦਾ, ਹੈ ਨਾ, ਉਸ ਟਾਈਮ ਵੀ ਡ੍ਰੀਮ ਮੇਕਰਸ ਨੇ ਆ ਕੇ ਘਰ ਨੂੰ ਸਜਾਇਆ ਸੀ, ਅਤੇ ਮੈਨੂੰ ਬਹੁਤ ਵਧੀਆ ਲੱਗਿਆ ਸੀ। ਤੁਸੀਂ ਵਲੋਗਸ ਵਿੱਚ ਵੀ ਬਹੁਤ ਪਿਆਰ ਦਿੱਤਾ ਸੀ, ਅਤੇ ਮੈਂ ਇਸ ਵਾਰ ਵੀ ਡ੍ਰੀਮ ਮੇਕਰਸ ਹੁਣ ਭਾਅ ਜੀ ਨੂੰ ਅਤੇ ਭੈਣ ਜੀ ਨੂੰ ਮੈਂ ਰਿਕੁਐਸਟ ਕੀਤੀ ਵੀ ਤੁਸੀਂ ਪਲੀਜ਼ ਡੈਕੋਰੇਸ਼ਨ ਕਰਿਓ ਨਾ, ਬਹੁਤ ਸੋਹਣੀ ਡੈਕੋਰੇਸ਼ਨ ਕੀਤੀ। ਹੁਣ ਆ ਗਏ, ਆ ਗਏ, ਆ ਗਏ, ਆਓ ਜੀ, ਆਓ ਆਓ ਜੀ, ਆਇਆਂ ਨੂੰ ਜੀ, ਆਇਆਂ ਨੂੰ ਜੀ, ਆਇਆਂ ਨੂੰ ਜੀ, ਆਇਆਂ ਨੂੰ ਭਾਅ ਜੀ, ਆਹ ਮੈਂ ਦੇਖਿਆ ਪਹਿਲਾਂ ਹੀ ਵਲੋਗ ਲਾ ਕੇ ਬੈਠਾ ਹੋਇਆ। ਆ ਜਾਓ ਜੀ, ਆ ਜਾਓ। ਪਾਰਟੀ ਤੋਂ ਬਾਅਦ ਸਾਰੇ ਪਹੁੰਚ ਗਏ ਘਰ ਦੇ ਵਿੱਚ। ਇਹ ਮੇਰਾ ਨਾਨਕਾ ਪਰਿਵਾਰ, ਨਾਲ ਮੇਰੇ ਫੁੱਫੜ ਜੀ, ਡੈਡੀ, ਵੰਸ਼ ਸਾਰਿਆਂ ਨੂੰ ਖੇਡ ਲਾਈ ਪਿਆ। ਵੰਸ਼ ਰਿਮੋਟ ਰੱਖ ਦੇ, ਅੱਛਾ ਤੇਰੇ ਕੋਲ ਹੈ ਹੀ ਨਹੀਂ ਗਾ, ਠੀਕ ਹੈ ਫਿਰ ਤੇਰਾ ਕੰਟਰੋਲਰ ਤਾਂ ਇਹੀ ਹੈ ਨਾ। ਹਾਂ ਕੰਟਰੋਲਰ ਇਹ ਹੈ। ਕੀਤਾ ਇੰਜੋਏ ਸਾਰਿਆਂ ਨੇ? ਬਹੁਤ ਵਧੀਆ, ਪੱਕੀ ਗੱਲ ਹੈ, ਕੋਈ ਕਮੀ ਪੇਸ਼ੀ ਦੱਸੋ? A+ 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 ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਸਭ ਨੇ ਇੰਜੋਏ ਕੀਤਾ? ਹੱਥ ਖੜੀ ਕਰਕੇ ਦੱਸੋ। ਭੂਆ ਨੇ ਨਹੀਂ ਕੀਤਾ, ਹੱਥ ਨਹੀਂ ਖੜਾ ਹੋਇਆ। ਵਧੀਆ ਰੌਣਕਾਂ ਲੱਗ ਗਈਆਂ। ਤ੍ਰਿਮੂਰਤੀ ਮਾਮੀਆਂ ਕਿਹੜੀਆਂ? ਪੰਜ ਮੂਰਤੀਆਂ, ਪੰਜ ਮੂਰਤੀਆਂ ਆਈਆਂ ਕਿ ਨਹੀਂ? 1, 2, 3, 4 ਪੰਜਵੀਂ ਤੇ ਆਦਰਾ, ਠੀਕ ਹੈ। ਇਹ ਹੈ ਵਧੀਆ, ਦਾਦਕੇ ਨਾਨਕੇ ਇਕੱਠੇ ਹੋ ਗਏ, ਇਬਾਦਤ ਨੇ ਕਰਤੇ ਸਾਰੇ ਇਕੱਠੇ। ਬਾਨੇ ਸਰ ਇਕੱਠੇ ਹੋ ਗਏ, ਨਹੀਂ ਤੁਸੀਂ ਕਢਾਉਣਾ ਸੀ? ਨਹੀਂ ਨਿਕੜੇ ਨਹੀਂ ਹੋਏ ਵੀ ਇਕੱਠੇ, ਇੱਕੋ ਟਾਈਮ 'ਤੇ ਇਕੱਠੇ ਮਸਾਉਂਦੇ ਆਪਾਂ।